ਤੁਹਾਡੇ ਵਰਗੇ ਯਾਰ ਮਿੱਤਰ ਸਾਡੇ ਵੀਰ ਬੈਠੇ ਨੇ, ਮਾਨ ਸਾਹਿਬ ਕੁਲਦੀਪ ਸਰਪੰਚ ਸਾਹਿਬ ਔਰ ਪੁਰਾਣੇ ਪਰ ਮਿੱਤਰ ਨੇ ਸਾਰੇ ਨਿਸ਼ੀਓ ਨੇ। ਸੋ ਸਾਰੇ ਵੀਰਾਂ ਨੂੰ, ਸਾਰੇ ਵੀਰਾਂ ਵਾਸਤੇ ਗਾਉਣਾ ਜੀ, ਯਾਰਾਂ ਦੀ ਗੱਲ ਕੀਤੀ ਹੈ, ਬੜਾ ਖੂਬਸੂਰਤ ਹੈ। ਤਾੜੀ ਮਾਰ ਕੇ ਦੱਸੋ ਜੀ, ਫਿਰ ਕਹਿੰਦੀ ਮਜ਼ਾ ਆਉਂਦਾ। ਕਿਆ ਬਾਤ ਹੈ, ਥੈਂਕ ਯੂ ਜੀ।
ਜੁੱਤੀ ਚੂੰ ਚੂੰ ਕਰਦੀ ਉਹ ਵੀ ਗੱਲ ਨਹੀਂ ਸੱਚ। ਹਾਂ ਗਾਣੇ ਬਹੁਤ ਸਾਰੇ ਪਏ ਨੇ, ਤਾਂ ਨਵੇਂ ਹੀ ਸੁਣਾਈ ਜਾ ਰਹੇ ਮੈਂ, ਪੁਰਾਣੇ ਵੀ ਸੁਣਾਈਏ ਪ੍ਰਵੀਨ ਭਾਈ, ਕਹਿੰਦਾ ਪੁਰਾਣੇ ਸੁਣਾ ਦੇ। ਇੱਕ ਮਿੰਟ ਬੰਦ ਕਰੇ ਬਣੇ, ਹਾਂਜੀ ਕਿਹੜਾ ਮਿਰਜ਼ਾ, ਮੈਂ ਕਿਹਾ ਭਾਵੇਂ ਉੜਾੜਾ ਸੁਣਿਆ ਜੋ ਵੀ ਗਾ ਕੇ ਜਾਊਗਾ, ਚਿੰਤਾ ਨਾ ਕਰੋ ਸਾਰੇ ਗਾ ਦਿੰਦਾ ਕੋਈ ਨੀ, ਮਿਰਜ਼ਾ ਵੀ ਗਾਊਗਾ ਜੀ। ਹੀ ਰਾਂਝਾ ਸੱਸੀ ਪੁੱਲੋਂ ਜਿੰਦਵਾ ਮਾਈਆ ਢੋਲੇ ਟੱਪੇ ਸਾਰੇ ਕੁਛ ਆਪਾਂ ਗਾ ਦੇਣਾ, ਇੱਥੋਂ ਇੱਕ ਇੱਕ ਕਰਕੇ ਸਾਰੇ ਗਾ ਦੇਣੇ ਆ। ਤੇ ਬਿਲਕੁਲ ਨਵਾਂ ਗੀਤ ਸੀਗਾ ਤੁਹਾਨੂੰ ਸੁਣਾਇਆ, ਇਸ ਕਰਕੇ ਮੈਨੂੰ ਜਵਾਨੀ ਯਾਦ ਨਹੀਂ ਸੀ, ਤਾਜ਼ਾ ਤਾਜ਼ਾ ਕਿੰਗ ਤੋਂ ਹੁਣੇ ਲਿਆ, ਹੁਣੇ ਹੁਣੇ ਗਾਇਆ। ਸੋ ਜੁੱਤੀ ਚੋ ਚੋ ਕਰਦੀ ਇੱਥੋਂ ਕਰੀਏ ਜੀ, ਜੁੱਤੀ ਸੁਰਖੀਆਂ ਦੇ ਨਾਲ ਜੱਟਾਂ ਦੇ ਪੁੱਤ ਮਾੜੇ ਨੇ, ਉਹਦੇ ਬਹੁਤ ਸਾਰੇ ਗੀਤਾਂ ਨੂੰ ਤੁਸੀਂ ਕਿੱਕਲੀ ਪਾ ਕੇ, ਬਹੁਤ ਸਾਰੇ ਗੀਤ ਨੇ ਜਿਹਨਾਂ ਨੂੰ ਪਿਆਰ ਦਿੱਤਾ ਤੁਸੀਂ ਸਾਰੇ ਗਾਉਣ ਵਾਲੇ, ਇੱਕ ਇੱਕ ਕਰਕੇ ਸਰ ਨਜ਼ਰ ਕਰਨ ਲੱਗਾ ਗੀਤ ਚੌਥਾ ਸਵੇਰ ਦਿਖਾਈ ਉਹਨਾਂ ਨੂੰ। ਸ਼ੇਰ ਤੁਸੀਂ ਬੜੇ ਪਿਆਰ ਨਾਲ ਸੁਣਦੇ ਹੋ, ਬਈ ਔਖੇ ਵੇਲੇ ਜੋ ਕੰਮ ਨਾ ਆਏ ਯਾਰੋ, ਔਖੇ ਵੇਲੇ ਜੋ ਕੰਮ ਨਾ ਆਏ ਯਾਰੋ, ਬਈ ਉਸ ਯਾਰ ਦੇ ਹਥਿਆਰ ਨੂੰ ਕਰਨਾ, ਬਈ ਦੇਵੇ ਜੋ ਇਨਸਾਫ ਨਾ ਮਾਰਿਆਂ ਨੂੰ, ਬਈ ਵੱਡ ਮਾਜਰੇ ਮਾਰਿਆ ਦੇਵੇ ਜੋ ਇਨਸਾਫ ਨਾ ਮਾਰਿਆਂ ਨੂੰ, ਬਈ ਉਸ ਥਾਣੇਦਾਰ ਤੇ ਸਰਕਾਰ ਨੂੰ ਕਰਨਾ, ਬਈ ਜਿੱਥੇ ਖੈਰ ਵੀ ਮਿਲੇ ਨਾ ਮੰਗਦੇ ਨੂੰ, ਉਹ ਜਿੱਥੇ ਖੈਰ ਵੀ ਮਿਲੇ ਨਾ ਮੰਗਦੇ ਨੂੰ, ਬਈ ਉਸ ਘਰ ਸ਼ਾਹੂਕਾਰ ਨੂੰ ਕਰਨਾ, ਉਹ ਫਿਆਲੀ ਵਾਲਾ ਸੱਚ ਜੋ ਲਿਖਦਾ ਨਹੀਂ, ਬਈ ਫਿਆਲੀ ਵਾਲਿਆ ਸੱਚ ਜੋ ਲਿਖਦਾ ਨਹੀਂ, ਬਈ ਉਸ ਪੱਤਰਕਾਰ ਤੇ ਅਖਬਾਰ ਨੂੰ ਕੀ ਕਰਨਾ, ਇਹ ਗੱਲ ਤੇ ਹਰ ਕੋਈ ਜਾਣਦਾ ਏ, ਇਹ ਗੱਲ ਤੇ ਦੁਨੀਆ ਜਾਣਦੀ ਏ, ਕਿ ਮੇਲਾ ਮੇਲੀਆਂ ਦਾ ਯਾਰਾ ਪੈਣਾ ਦਾ, ਰਾਂਝਾ ਭਾਈਆਂ ਨੂੰ ਛੱਡ ਫਕੀਰ ਬਣਿਆ, ਤੇ ਹੀਰ ਛੱਡ ਗਈ ਦੂਰ ਸਹੇਲੀਆਂ ਦਾ, ਉਹ ਇੱਕ ਦੁਨੀਆ ਸਾਬਰ ਦੇ ਸਿਆਂ ਨੇ ਤੁਰ ਜਾ, ਕੁੰਡਾ ਮਹਾਰ ਫਿਰ ਮੈਂ ਤਾਂ ਇੱਕੋ ਗੱਲ ਕਹੂੰਗਾ, ਹੋ ਮੇਰੇ ਯਾਰ ਨੀ ਮੇਰੇ ਯਾਰ ਨੂੰ ਬੰਦਾ ਨਾ ਬੋਲੀ, ਉਹ ਭਾਈ ਡਾਡੂ ਮੱਝ ਵਾਲੇ ਕਿਆ ਬਾਤ ਹੈ, ਡੱਡੂ ਮਾਜਰਾ ਬੱਲੇ ਬੱਲੇ ਬਹੁਤ ਪ੍ਰੋਬਲਮ ਆਈ, ਡੱਡੂ ਮਾਜਰਾ ਵਾਲੇ ਚਿੱਤਰਾਂ ਦੇ ਲੰਘੇ, ਉਹ ਤਾਂ ਮੈਂ ਕਈ ਵਾਰ ਦੇਖ ਲਿਆ, ਤੁਹਾਡੇ ਲਈ ਗੱਲ ਤੁਹਾਡੇ ਲਈ ਧਿਆਨ ਕਰ, ਹੋ ਮੇਰੇ ਯਾਰ ਨੂੰ
ਨੀ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਉਹ ਮੇਰੀ Thank you.
ਸ਼ੁਕਰੀਆ ਸਾਡੀਆਂ ਬੀਬੀਆਂ ਵੱਲੋਂ ਬਹੁਤ ਸਾਰੀਆਂ ਤਾੜੀਆਂ ਵੱਜ ਰਹੀਆਂ ਅੰਦਰ, ਬਹੁਤ ਤੁਸੀਂ ਪਿਆਰ ਔਰ ਸਤਿਕਾਰ ਨਾਲ ਸੁਣ ਰਹੇ ਹੋ, ਥੈਂਕ ਯੂ ਸੋ ਮੱਚ। ਅਤੇ ਸਾਡੇ ਵੀਰ ਬਜ਼ੁਰਗ ਸਾਰੇ ਬੜੇ ਸਲੀਕੇ ਨਾਲ ਤੁਸੀਂ ਇੰਜੋਏ ਕਰ ਰਹੇ ਹੋ, ਸੋ ਡੱਡੂ ਮਾਜਰਾ ਦੀ ਫਰਮਾਇਸ਼ ਵੀ ਉਹ ਵੀ ਕਰ ਦੇਣਾ, ਕਿਆ ਬਾਤ ਹੈ। ਮਿਰਜ਼ਾ ਵੀ ਗਾਊਂਗਾ ਅਤੇ 9:40 ਦੇ ਕਾਲਜ ਲੱਗਦਾ ਉਹ ਵੀ ਗਾ ਦਿੰਦਾ, ਯਾਰੀਆਂ ਕਮਾਈਆਂ ਉਹ ਵੀ ਗਾ ਦਿੰਦਾ, ਭਾਵੇਂ ਉੜਾ ਨਾ ਸੁਣ ਲਿਓ ਵੀ ਗਾਊਂਗਾ ਜਿੱਦਾਂ। ਸੋ ਰਾਣੀ ਮਾਜਰਾ ਮੌਲੀ ਬਟੌਰ ਪੈਦਲ ਸ਼ੁਕਰ ਜਾ ਰਹੀ ਸਾਰਿਆਂ ਦਾ, ਮੈਨੂੰ ਗਾਰ ਦਿੱਕਤ ਹੈ, ਹੋਰ ਤਾਂ ਗਾਰ ਮਜਾ ਕੰਮ ਇੰਜੋਜ ਨਹੀਂ ਮਨਾਉਣਾ। ਸੋ ਵੀਰਾਂ ਦੀਆਂ ਬਹੁਤ ਸਾਰੀਆਂ ਫਰਮਾਇਸ਼ਾਂ, ਇੱਕ ਯਾਰ ਗਰਬ ਜਿਹਾ ਗਾਣਾ ਹੋਰ ਮੁੱਖਣਾ ਤੁਹਾਨੂੰ ਸੁਣਾਉਂਦਾ, ਮੈਂ ਸੁਣਾ ਦਿੰਦਾ ਹੁਣ, ਬਸ ਸੁਣੀ ਜਾਓ। ਦਿਖਾ ਚੌਥਾ ਸਫੇਦ ਖੋਜਰ ਵਾਲੇ ਕਿੰਗ ਨੂੰ ਹਾਈ ਲੈਟ ਕਰਦਾ, ਚੋਰੀ ਹੋ ਕੇ ਫਿਰ ਹੋ ਜਾਂਦੇ
ਤਾੜੀਆਂ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਤਾੜੀਆਂ ਨੂੰ ਪਤਾ ਲੱਗਦਾ ਵੀ ਗਾਣਾ ਵੀ ਚੱਲ ਜਾਣਾ। ਸੋ ਥੈਂਕ ਯੂ ਤੁਹਾਡਾ ਪਿਆਰ ਦੇਣ ਲਈ। ਇਹਨੇ ਇਸ ਕਰਕੇ ਗਾਈ ਜਾ ਰਿਹਾ, ਸਾਡਾ ਇਲਾਕਾ ਹੈ, ਮੇਰਾ ਆਪਣਾ ਘਰ, ਘਰ 'ਚ ਹੀ ਗਾ ਰਿਹਾ। ਔਰ ਆਗਾ ਤੋਗਾ ਪਰ ਭਗਵਾਸੀ ਜਾਣਾ ਛੋਟਾ ਜਿਸ ਤਰ੍ਹਾਂ। ਸੋ ਸਾਰੇ ਸਾਰੇ ਵੀਰ ਬੈਠੇ ਨੇ, ਪਿਆਰ ਪੁਰਾਣੇ ਪਰਮ ਮਿੱਤਰ ਨੇ, ਮਾਨ ਬਾਈ ਹੋਈ ਅਤੇ ਲੰਬੇ ਅਰਸਾ ਤੋਂ 20-20 ਸਾਲ ਤੋਂ ਜਦੋਂ ਦਾ ਮੈਂ ਗਾ ਰਿਹਾ, 17 ਸਾਲ ਦੀ ਏਜ ਸੀ ਜਦੋਂ ਮੇਰੀ ਮੈਂ ਪਹਿਲੀ ਮਾਰਕੀਟ ਚੱਲ ਪਾਈ ਆ। ਸੋ ਅੱਜ ਤੱਕ ਇੰਨਾ ਪਿਆਰ ਦੇ ਰਹੇ ਹੋ ਤੁਸੀਂ, ਸੋ ਮੈਂ ਇਸ ਜਨਮ ਸ਼ੁਕਰੀਆ ਅਦਾ ਕਰ ਨਹੀਂ ਸਕਦਾ ਤੁਹਾਡਾ ਕਿਸੇ ਤਰ੍ਹਾਂ। ਸੋ ਥੈਂਕ ਯੂ, ਲਵ ਯੂ। ਸੋ ਨਜ਼ਰ ਕਰ ਲੈਗਾ ਕੀਰਤ ਜੀ, ਹਾਂਜੀ ਅਰਦਾਸਾਂ ਵੀ ਕਰ ਦਿੰਦੇ ਹਾਂ, ਤਿੰਨੋਂ ਚੀਜ਼ਾਂ। ਹਾਂ ਬਾਈ, ਹੱਥ ਉਂਗਲਾਂ ਚੱਕੀ ਆ ਰਿਹਾ, ਕਹਿੰਦਾ ਕਰਦੇ। ਅੱਛਾ ਤਿੰਨੋਂ ਚੀਜ਼ਾਂ ਗਾਊਂਗਾ, ਹਿੱਲਾ ਅਤੇ ਤਿੰਨੋਂ ਚੀਜ਼ਾਂ ਵਿੱਚ ਵਿੱਚ ਮਿਕਸ ਕਰਕੇ ਹੋਣਾ। ਹਿੱਲਾ ਦਿਖਾਓ ਜੀ, ਤੀਜਾ ਸਵੇਰ ਰੱਖਿਆ। Thank you.
ਬੱਬੂ ਨੀ ਆਏ ਸਾਰੇ? ਕਿਆ ਬਾਤ ਆ, ਜਿੱਥੇ ਬੈਠੇ ਵੈਲਕਮ ਆ ਸਾਰਿਆਂ ਨੂੰ ਜੀ, ਮਿਹਰਬਾਨ। ਉਹ ਕਿਆ ਬਾਤ ਆ, ਗੱਲ ਬੋਲੋ ਮੌਲੀ ਬਾਤ ਬਣ ਬੱਲੇ ਬੱਲੇ ਬਈ, ਮੌਲੀ ਤੇ ਲਾਗੋ ਮੇਰਾ ਵੀ ਘਰ। ਕਿਆ ਬਾਤ ਆ ਜੀ। ਸੋ ਗਾਣੇ ਯਾਰ ਮੇਰਾ ਦਿਲ ਕਰੀ ਜਾਂਦਾ ਕਿ ਮੈਂ ਤੈਨੂੰ ਇੱਕ ਜੱਟਾਂ ਵਾਲਾ ਗਾਣਾ ਸੁਣਾ ਦਵਾਂ। ਹੋਰ ਯਾਰੀਆਂ ਕਮਾਈਆਂ ਤਿੰਨੋ ਚੀਜ਼ਾਂ ਗਾ ਕੇ ਜਾਊਂਗਾ ਜਦ ਭਾਵੇਂ। ਹਾਂਜੀ ਅੱਛਾ, ਖਰੜ ਤੋਂ ਮੇਲਾ ਚਾਹ ਰਿਹਾ ਭਾਈ, ਫੇਫੜੇ ਨਾਲ ਫੇਫੜਾ ਮਿਲਾ ਫਿਰ ਮਿਲ ਗਈ ਤਾਰ ਬਣੀ। ਥੈਂਕ ਯੂ ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਰੇਖੀ ਖਰੜ ਤੋਂ। ਕਿਆ ਬਾਤ ਹੈ ਜੀ। ਅੱਛਾ ਉਹ ਅੰਕਲ ਜੀ, ਕਿਆ ਬਾਤ ਹੈ ਜੀ, ਵੈਲਕਮ। ਥੈਂਕ ਯੂ ਜੀ, ਥੈਂਕ ਯੂ ਸਾਡੇ ਰੇਖੀ ਸਾਹਿਬ, ਬਹੁਤ ਸਾਰਾ ਪਿਆਰ ਸਤਿਕਾਰ ਸ਼ੁਕਰਗੁਜ਼ਾਰ ਹਾਂ ਜੀ। ਥੈਂਕ ਯੂ, ਵੈਲਕਮ, ਤੁਸੀਂ ਆਏ ਹੋ, ਮੋਸਟ ਵੈਲਕਮ ਜੀ। ਬਹੁਤ ਸਾਰੀਆਂ ਫਰਮਾਇਸ਼ਾਂ ਨੇ, ਫਰਮਾਇਸ਼ਾਂ ਦੱਸ ਜੀ ਕਿਹੜੀ ਕਿਹੜੀਆਂ, ਮੈਂ ਸਾਰੀ ਗੱਲ ਦਿੰਦਾ ਹੁਣ ਤੱਕ। ਕਾਲਜ ਤਾਂ ਕਰੇ ਸਾਂ ਸਾਂ ਕਹਿ ਕੇ ਸਾਹਿਬ ਨੂੰ ਕਰਾ ਲੈ ਮੈਨੂੰ ਭਰਤੀ, ਤਿੰਨੋ ਚੀਜ਼ਾਂ ਸੁਰਖੀਆਂ ਦੇ ਨਾਂ, ਉਹ ਵੀ ਗਾ ਦਿੰਦਾ, ਸਾਰੀ ਗਾ ਦਿੰਦਾ ਮੈਂ, ਕੋਈ ਗੱਲ ਨਹੀਂ। ਆਪਾਂ ਤਾਂ ਘਰ ਵਾਲੇ ਬੰਦੇ ਜਾਵਾਂਗੇ ਕਿਤੇ, ਤੁਸੀਂ ਚਲੇ ਗਏ ਪਰ ਅਸੀਂ ਵੀ ਚਲੇ ਜਾਵਾਂਗੇ ਕਮਾ ਲਿਆ, ਇੱਦਾਂ ਕਿੱਦਾਂ ਮਿਰਜ਼ਾ ਵੀ ਸੁਣਾ ਦੇ, ਮਿਰਜ਼ੀ ਵੀ ਗਾਊਂਗਾ ਨਾਲ ਨਾਲ, ਚਿੰਤਾ ਨਾ ਕਰੋ, ਸਾਰੇ ਗਾ ਦੇਣਾ ਅੱਜ ਮਿਰਜ਼ੇ ਦੇ ਨਾਲ, ਮਿਰਜ਼ੀ ਵੀ ਗਾਊਂਗਾ ਅੱਜ ਯਾਰੀਆਂ ਕਮਾਈਆਂ ਸਭ ਦਿਖਾਓ ਜੀ, ਕਿਹੜਾ ਜਰਾ ਤੀਜਾ ਰੱਖ ਲਓ। ਯਾਰੀਆਂ ਕਮਾਈਆਂ, ਯਾਰੀ ਦੇ ਉੱਤੇ ਵੱਧ ਕੇ ਕੋਈ ਚੀਜ਼ ਨੀ, ਗਾਣੇ ਨੂੰ ਬਹੁਤ ਪਿਆਰ ਦਿੱਤਾ ਤੁਸੀਂ, ਏਮੀ ਪ੍ਰੈਸਲੇ ਦਾ ਵੀਡੀਓ ਕੀਤਾ ਸੀਗਾ, ਲਿਖਿਆ ਸੁਣੀ ਨੇ ਸੀਗਾ, ਸ਼ੁਰੂ ਕਿੱਥੋਂ ਹੁੰਦਾ ਜੀ ਗਾਣਾ, ਉੱਠੋ ਬੋਲਦੇ
ਬਹੁਤ ਖੂਬਸੂਰਤ ਲਾਈਨ ਹੈ ਬਾਬੂ ਸਿੰਘ ਮਾਨ ਮਰਵਾੜਾ ਵਾਲੇ ਦਾ ਗਾਣਾ ਸੀਗਾ ਇਹ ਪਿੱਛੇ ਜੁਗਨੀ ਗਾ ਸਿੰਘ ਦਾ ਉਹ ਤੁਹਾਡੇ ਪੇਸ਼ ਕਰਨ ਲੱਗਾ ਤੁਸੀਂ ਬੜੇ ਪਿਆਰ ਨਾਲ ਸੁਣ ਰਹੇ ਹੋ ਧਿਆਨ ਦੇ ਇੱਕ ਬਹੁਤ ਸੁਣ ਲੈਣਾ ਜੱਗ ਵਾਂਗੂ ਬੋਲਦੀ ਬਹੁਤ ਪੁਰਾਣੇ ਗੀਤ ਨੇ ਗਾ ਦੂੰਗਾ ਯਾਰ ਕੋਈ ਗੱਲ ਨੀ ਸਾਰੇ ਗਾ ਦੂੰਗਾ ਕਾਲ ਨੀ ਆਊਗਾ ਲਾ ਨਜ਼ਰ ਕਰ ਲੱਗਾ ਇੱਕ ਸਾਲ ਦੀ ਇੱਕ ਸਾਲ ਦੀ ਯਾਰੀ ਸਾਡੀ
ਕਰਕੇ ਸਾਰੇ ਗੱਲ ਨਾ ਤੁਸੀਂ ਭਰਾ ਹੋ ਸਾਡੇ ਮਿਰਜ਼ੇ ਕੀ ਫਰਮਾਇਆ ਸਾਰੀ ਡੱਡੂ ਮਾਜਰ ਵਾਲਾ ਕੀ ਬਾਈ ਅੱਜ ਡੱਡੂ ਮਾਜਰ ਵਾਲਾ ਗਾਹ ਪਾਇਆ ਪਿਆ ਮੈਂ ਦੇਖ ਰਿਹਾ ਗੱਲ ਸੁਰਖੀਆਂ ਦੇ ਨਾਮ ਦੀ ਗੱਲ ਨਾ ਤੇਰੇ ਬਾਜੋ ਸਾਰਾ ਕਾਲ ਇੱਕ ਹੀ ਕਰਕੇ ਕਹੂੰਗਾ ਤਿੰਨੋ ਚੀਜ਼ਾਂ ਯਾਦ ਆ ਮੈਨੂੰ ਬਾਈ ਉਂਗਲਾਂ ਜਿਹੜੇ ਚੱਕ ਲੈਂਦਾ ਇੱਦਾਂ ਕਰਕੇ ਮਿਰਜ਼ਾ ਜ਼ਰੂਰ ਕਹੂੰਗਾ ਮਿਰਜ਼ੀ ਵੀ ਕਹੂੰਗਾ ਨਾਲ ਮੈਂ ਤੁਹਾਨੂੰ ਕਹਿ ਦੇਗਾ ਮਿਰਜ਼ੇ ਨਾਲ ਮਿਰਜ਼ੀ ਵੀ ਕਹੂੰਗਾ ਤਾਂ ਸੋਹਣੀ ਹੋਣੀ ਚਾਹੀਦੀ ਅੱਛਾ ਬ੍ਰੇਕ ਪਾ ਲਈਏ ਫਿਰ ਫੋਟੋ ਫਾਟੋ ਬਚਾਓ ਭਾਈ ਤੁਸੀਂ ਕਹਿੰਦੇ ਸ਼ਿਵਾਜੀ ਬੈਠੇ ਸਾਡੇ ਡਾਕਟਰ ਐਡਵੋਕੇਟ ਕੌਸ਼ਿਕ ਸਾਹਿਬ ਲੌਂਗੀਆ ਜੀ ਚੁੱਗ ਸਾਹਿਬ ਹਰੀ ਜੀ ਔਰ ਜੀਤੀ ਪ੍ਰੋਪਰਟੀ ਸਨੀ ਗਏ ਵਾਲੇ ਇਹਨਾਂ ਵੱਲੋਂ ਬਹੁਤ ਸਾਰਾ ਮਾਂ ਹਰਪ੍ਰੀਤ ਸਿੰਘ ਜੀ ਸਾਡੇ ਲਿਖ ਸਾਹਿਬ ਖਰੜ ਤੋਂ ਜੇ ਕੇ ਉਬਰਾਜ ਸਾਹਿਬ ਇਹ ਵੀ ਖਰੜ ਤੋਂ ਪਰਵਿੰਦਰ ਸਿੰਘ ਸਾਡੇ ਸੁਹਾਣੇ ਤੋਂ ਉਹਨਾਂ ਦੇ ਬ੍ਰਦਰ ਸਾਹਿਬਾਨ ਨੇ ਔਰ ਮਨੋਜ ਜੀ ਕਮਲ ਪੰਨਵਾ ਤੋਂ ਨਰਿੰਦਰ ਨੱਤਿਆਂ ਤੋਂ ਮੇਰਾ ਵੀ ਸ਼ਮਸ਼ੇਰ ਗੋਬਿੰਦਗੜ੍ਹ ਵਾਲੇ ਬਹੁਤ ਸਾਰਾ ਮਾਣ ਸਤਿਕਾਰ ਭੇਜ ਗਏ ਨੇ ਔਰ ਨਰੇਸ਼ ਨੇਸ਼ੀ ਜੀ ਨਾਲੇ ਬਾਈ ਰਾਜੂ ਬੈਠਾ ਅਤੇ ਬਿੰਦਾ ਬਾਈ ਜੀ ਮਾਨ ਪੱਪੂ ਜੀ ਬਾਹਮਣ ਬਾਈ ਜੀ ਬੈਠੇ ਨੇ ਨਾਲੇ ਜੱਸਾ ਬਾਈ ਜੀ ਇਹਨਾਂ ਵੱਲੋਂ ਆਉਣਾ ਜੀ ਠੀਕ ਹੈ ਜੀ ਨਹੀਂ ਆਉਂਦਾ ਕੋਈ ਗੱਲ ਨਹੀਂ ਦਊ ਨਹੀਂ ਤਾਂ ਪੰਦਰਾਂ ਤਾਂ ਦੇਖ ਲਿਆ ਕੀ ਗੱਲ ਕਰੀਏ ਕਿਉਂਕਿ 2000 ਦਾ ਨੋਟ ਜਦੋਂ ਚੱਲਿਆ ਨਾ ਨੋਟ ਪਿੱਛੇ ਬੜੇ ਨੋਟਬੰਦੀ ਹੋਈ ਆ ਲਾਈਨ ਵਿੱਚ ਖੜਦੇ ਚਾਰ ਤਰ ਬੈਠੇ ਪੈਸੇ ਨਹੀਂ ਮਿਲਦੇ ਚਾਰ ਪੰਜ ਦਿਨ ਖੜਾ ਇੱਕ ਦਿਨ ਮੈਂ 9 ਵਜੇ ਜਾ ਕੇ ਚਲੇਗਾ 8-10 ਬੰਦੇ ਮੇਰੇ ਅੱਗੇ ਫੇਰ ਖੜੇ 5-6 ਘੰਟੇ ਬਾਅਦ ਬਾਈ ਦੇਸੀ ਬਾਈ 2000 ਦਾ ਨੋਟ ਮਿਲਿਆ ਬੜਾ ਚੌੜਾ ਹੋ ਗਿਆ ਆ ਨੋਟ ਲੈ ਕੇ ਜਦੋਂ ਬਾਹਰ ਆਇਆ 3000 ਦਾ ਕੋਈ ਮੇਰੇ ਸਾਈਕਲ ਚੱਕ ਲਿਆ ਬਾਹਰ ਘਾਟਾ ਉਹਦੇ ਬਾਅਦ 2000 ਦੇ ਫਿਰ 2 ਨੋਟ ਮਿਲਣ ਲੱਗ ਗਏ ਭਾਈ ਨੋਟਾਂ ਦਾ ਤੁਹਾਨੂੰ ਪਤਾ ਲੰਘੇ ਹੋਰ ਤਰ੍ਹਾਂ ਦਾ ਲੱਭ ਗਈ ਨੋਟ ਲੈ ਕੇ ਘਰ ਚਲੇ ਗਿਆ ਮੈਂ ਘਰ ਵਾਲੇ ਦਿਖਾਊਂਗਾ ਬਾ ਮੈਂ ਕਦੇ ਖੇਤਾਂ ਚੱਕਰ ਮਾਰਨ ਲੱਗਾ ਮੁੜ ਕੇ ਘਰ ਵਾਲੀ ਕਹਿੰਦੀ ਕਹਿੰਦੀ ਕੀ ਗੱਲ ਕਹਿੰਦੇ ਤੁਸੀਂ ਲਾਟਰੀ ਪਾਉਣ ਲੱਗ ਗਏ ਮੈਂ ਕਿਹਾ ਕਿਉਂ ਕਹਿੰਦੀ ਥੋੜੀ ਜੇਬ ਵਿੱਚ ਲਾਟਰੀ 2 ਟਿਕਟਾਂ ਮਿਲੀਆਂ ਜੀਆਂ ਮੈਂ ਕਿਹਾ ਕਿੱਥੇ ਕਹਿੰਦੀ ਉਹ ਪਾੜ ਕੇ ਸੁੱਟਣੀ ਮੈਂ ਕਹਿੰਦੀ ਮਾਸ਼ਾਅੱਲਾ ਸੇ ਤੇਰੇ ਉਹਦਾ 500 ਨੋਟ ਇਹ ਆਇਆ ਬੰਦਰ ਦਾ ਥੋੜਾ ਮਨ ਤਾਂ ਲੱਗਿਆ ਪਰ ਫੋਟੋਆਂ ਪਾਉਣ ਲੱਗਾ ਇਹ ਨਹੀਂ ਪਤਾ ਲੱਗਾ 100 ਦੇ ਅੱਗੇ ਪਾਈਏ ਖਾਲੇ ਪਿੱਛੇ ਪਾਈਏ ਜੇ ਤਾਂ ਅੱਗੇ ਪਾਉਂਦੀ ਹੈ 500 ਅੜ ਜਾਂਦਾ ਕਹਿੰਦਾ ਮੈਂ ਬੜਾ ਪਿੱਛੇ ਜਾਊਂਗਾ ਜੇ ਪਿੱਛੇ ਜਾਂਦਾ ਸਾਰਾ ਦਿਖਦਾ ਨਹੀਂ ਹੈਗਾ ਔਰ 500-500 ਦੇ 1000-1000 ਦੇ ਨੋਟ ਸਾਡੀਆਂ ਬੀਬੀਆਂ ਭੈਣਾਂ ਨਾਲ ਦੇ ਤੇਰੇ ਦੀ ਦਾਲਾਂ ਵਾਲੇ ਉਹਨੂੰ ਡੱਬਿਆ ਜੀ ਚੌਲਾਂ ਵਾਲਾ ਡੱਬੇ ਚਾਹ ਪੱਤੀ ਵਾਲਾ ਡੱਬਿਆ ਜੀ ਜਾਂ ਪਤਾ ਕਿਹਾ 27-28 ਦਸੰਬਰ ਨੂੰ ਹੁਣ ਪੈਸੇ ਬਦਲ ਨਹੀਂ ਹੋਣੇ ਨਾ ਮੇਰੇ ਘਰ ਵਾਲੀ ਕਹਿੰਦੇ ਆਹ 500 ਨੋਟ ਚਾਹ ਪੱਤੀ ਵਾਲਾ ਤੁਸੀਂ ਰੱਖਿਆ ਤਾ ਮੈਂ ਕਿਹਾ ਮੈਂ ਚਾਹ ਬਣਾਉਣੀ ਥੋੜ੍ਹੀ ਦੇ ਦੀ ਮੈਂ ਕਿਹਾ ਰੱਖਿਆ ਤਾ ਲੱਗਦਾ ਪਤਾ ਹੁਣ 2-2 ਹਜ਼ਾਰ ਕੋਈ ਫਿਰਦੀਆਂ ਪਤਾ ਲੱਗੂਗਾ ਹੁਣ ਕੋਈ ਗੱਲ ਨਹੀਂ ਇਹ ਵੀ ਪਤਾ ਲੱਗ ਗਿਆ 14 ਫਰਵਰੀ ਪਿੱਛੇ ਲੱਗਾ ਨਾ ਵੈਲਟਾਈਨ ਡੇ ਹੁੰਦਾ ਫੁੱਲ ਫਲ ਜੇ ਦਿੰਦੇ ਹੁੰਦੇ ਇੱਕ ਦੂਜੇ ਮੇਰੇ ਘਰ ਵਾਲੇ ਕਹਿੰਦੇ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਮੈਂ ਕਿਹਾ ਕਰਦਾ ਕਹਿੰਦੇ ਮੇਰਾ ਫੁੱਲ ਕਿੱਥੇ ਆ ਮੈਂ ਬਾਈ ਚੱਕਿਆ ਸਾਗਰ ਸਿੱਧਾ ਮੰਡੀ 'ਚ ਗਿਆ 5 ਕਿਲੋ ਲਿਆਇਆ ਗੋਭੀ ਦੇ ਫੁੱਲ ਘੜੀ ਘੜੀ ਦੇ ਮੈਂ ਕਹਿੰਦਾ ਫਲ 20 ਰੁਪਏ ਦੇ ਕਹਿੰਦੇ ਆਹ ਕੀ ਆ ਮੈਂ ਕਿਹਾ ਫੁੱਲ ਦੇ ਫੁੱਲ ਨਾਲੇ ਸ਼ਾਮ ਨੂੰ ਸਬਜ਼ੀ ਬਣਾਉਂਦੀ ਫਿਰੇ ਭਈਏ ਲੱਗੇ ਫਲ ਬਣਾ ਵੀ ਦੇਖ ਦਿੱਤੀ ਆ ਉੱਧਰ ਡਾਕਟਰ ਸਾਹਿਬ ਪਿੱਛੇ ਮੈਂ ਡਾਕਟਰ ਸਾਹਿਬ ਚਲਿਆ ਮੈਂ ਕਿਹਾ ਡਾਕਟਰ ਸਾਹਿਬ ਸਰਜਰੀ ਕਰਾਉਣੀ ਮੂੰਹ ਹੋਈ ਇਹ ਕੀ ਹੋ ਗਿਆ ਮੈਂ ਕਿਹਾ ਪਲਾਸਟਿਕ ਸਰਜਰੀ ਕਰਾਉਣੀ ਕਿੰਨੇ ਕੁ ਪੈਸੇ ਲੱਗੂਗੇ ਕਹਿੰਦੇ ਵੀ 80,000 ਰੁਪਏ ਲੱਗੂਗਾ ਮੈਂ ਕਿਹਾ ਜੇ ਪਲਾਸਟਿਕ ਆਉਣੀ ਦੇ ਦੇਵਾਂ ਕਹਿੰਦਾ ਵੀ ਕਿੰਨੇ ਕਰਮ ਕਰਦਾ ਥੋੜ੍ਹਾ ਆਵੇ ਲਾ ਲਾ ਮੇਰੇ ਕੋਲ ਕੰਮ ਆਇਆ ਗਿਆ ਤੇ ਇੱਥੇ ਇੱਕ ਸਾਡੇ ਬਣੇ ਅਮਲੀ ਦੇ ਪੰਚ ਸਾਰੇ ਸ਼ਾਮ ਨੂੰ ਦਾਰੂ ਪੀਣ ਲੱਗੇ ਅਮਲੀ ਕਹਿੰਦੇ ਐਂ ਕਰ ਵੀ ਤੂੰ ਬੱਕਰਾ ਖੋਲ ਕੇ ਲੈ ਤੇਰੇ ਘਰ ਬੱਕਰਾ ਰਾਤ ਨੂੰ ਵੱਢੂਗੇ ਆਪਾਂ ਕਹਿੰਦਾ ਕੋਈ ਗੱਲ ਨਹੀਂ ਜੀ ਕਹਿੰਦਾ 8-9 ਵਜੇ ਦੇ ਘਰ ਵਾਲੇ ਨੇ 100 ਜਣ ਫੇਰ ਲੈ ਕੇ ਆਉਣਾ 8-9 ਵਜੇ ਪਤੰਦਰ ਘਰ ਤੋਂ ਬੱਕਰਾ ਲਿਆ ਆ ਕੇ ਬੱਕਰਾ ਵੱਢ ਲਿਆ ਸਾਰੀਆਂ ਬੱਕਰੇ ਬਣਾਉਂਦੇ ਰਹੇ ਭਾਈ ਬਣਾਉਂਦੇ ਸਵੇਰੇ ਹੋ ਗਈ ਖਾ ਪੀ ਕੇ ਜਦੋਂ ਭਰ ਗਿਆ ਘਰ ਬੱਕਰਾ ਕੇ ਫੇਰ ਫੜਿਆ ਘਰ ਹੋਈ ਕਹਿੰਦੇ ਬੱਕਰਾ ਕਹਿੰਦੇ ਬੱਕਰਾ ਹੋ ਆਪਣਾ ਫੜਿਆ ਫਿਰ ਬੱਕਰਾ ਸਾਨੂੰ ਵੱਢਿਆ ਤਾ ਕਹਿੰਦੀ ਬੱਕਰੇ ਦਾ ਮਾਲ ਗੋਲੀ ਜਿਹੜਾ ਰਾਤ ਕੁੱਤਾ ਘੜੀ ਸਕਾ ਲੈ ਗਿਆ ਉਹ ਕਿੱਥੇ ਦੱਸ ਗਿਆ ਗਰਾਊਂਡ ਵਿੱਚ ਦੇਖ ਤੇ ਮੇਰੇ ਵੀਰ ਕਿਉਂਕਿ ਡੱਡੂ ਮਾਜਰਾ ਦੇਸੂ ਮਾਜਰਾ ਕੁੰਭੜਾ ਸੁਣਾਉਣਾ ਠਸਕਾ ਮਨਾਉਣਾ ਹਾਂਜੀ ਦਾਤੂ ਮਾਜਰਾ ਬਣਾਉਣਾ
ਉਹ ਥੜੀ ਤੇ ਮੇਰਾ ਵੀਰ ਬੈਠਾ ਥੜੀ ਘਨੌਲੀ ਸਿੰਘ ਬਰਾਬੀ ਕੋਟ ਕੇਂਦਰਪੁਰ ਛੇ ਪਿੰਡ ਉਹ ਵੀ ਇਕੱਠੇ ਉੱਧਰ ਹੀ ਸੈਡ ਹਾਂਜੀ ਕਿਹੜਾ ਲਾਉਣਾ ਜੀ ਕਾਲਜ ਇੱਕ ਬਾਈ ਨਾ ਤੇਰਾ ਸਾਹਮਣੇ ਕਿਰਾਏ ਤੇ ਮਕਾਨ ਸੀ 200 ਰੁਪਏ ਦਿੱਤਾ ਉਸ ਟਾਈਮ 200 ਰੁਪਏ ਕਿਰਾਏ ਮਕਾਨ ਹੁਣ ਤਾਂ 5000 ਰੁਪਏ ਮਿਲਦਾ ਕਿਰਾਏ ਸੋ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਸਾਹਿਬ ਸਾਹਮਣੇ ਆਓ ਜੀ ਆ ਜਾਓ ਮੈਂ ਹੁਣ ਥੋੜ੍ਹਾ ਮੈਂ ਇੱਥੇ ਹੀ ਆ ਭਰਾ ਫੋਟੋ ਕਰਾ ਕੇ ਜਾਊ ਆ ਬੱਬੂ ਪਰਿੰਦਰ ਖੇਤ ਚੋਂ ਲਾਉਣਿਆ ਦੇਖ ਲੈਂਦੇ ਹਾਂ ਪੁੱਤ ਨਵੇਂ ਗਾਣੇ ਗਾਵਾਂ ਪੁੱਤ ਆ ਲੈ ਭਾਈ ਦੇਖ ਲੈ ਨਵੇਂ ਗਾਣੇ ਸੁਣਦਾ ਮੁੰਡਾ ਕਹਿੰਦਾ ਨਵੇਂ ਸੁਣਾਓ ਡੈਡੀ ਕਹਿੰਦਾ ਪੁਰਾਣੇ ਸੁਣਾਓ ਹੁਣ ਦੱਸ ਮੈਂ ਕੀ ਕਰਾਂ ਤਿੰਨੋਂ ਚੀਜ਼ਾਂ ਮੈਂ ਕਰ ਦਿੰਦਾ ਕਾਲਜ ਦਾ ਕਰੇ ਸਾਹਸ ਆ ਉਹ ਵੀ ਟਟੀਰੀ ਵਾਂਗੂ ਬੋਲਦੀ ਹੈ ਉਹ ਵੀ ਕਰ ਦਿੰਦਾ ਸਾਰੇ ਕਰ ਦਿੰਦਾ ਅੱਛਾ ਆ ਓਕੇ ਠੀਕ ਹੈ ਹਾਂ ਇੱਕ ਤਾਂ ਸਟੇਜ ਤੇ ਥੋੜ੍ਹਾ ਜਿਹਾ ਘਟਾ ਕੇ ਹਾਂ ਦੋ ਕੁ ਬੰਦੇ ਜਿਹੜੇ ਸਾਡੇ ਵਾਸਤੇ ਰਹਿਣ ਉੱਪਰ ਹੋਰ ਅਤੇ ਕਦੇ ਨਾ ਹੋਵੇ ਨਾ ਕਿ ਸੱਜ ਵੀ ਦੌੜ ਜਾਣ ਸਾਡੇ ਥੱਲੇ ਪਤਾ ਲੱਗੇ ਪੰਮੇ ਉਹਨੇ ਥੱਲੇ ਬੈਠੇ ਕਹਿੰਦੇ ਸੋ ਬਾਤ ਬਾਤੋਂ ਮੇਰੇ ਮਹਿਬੂਬ ਨੇ ਵਾਅਦਾ ਕੀਆ ਹੈ ਪੰਜਵੇਂ ਦਿਨ ਕਾ ਕਿਸੀ ਸੇ ਸੁਣ ਲਿਆ ਹੋਗਾ ਕਿ ਦੁਨੀਆ ਚਾਰ ਦਿਨ ਕੀ ਹੈ ਬੋਲਾ ਕਰੋ ਬੁਲਾਇਆ ਕਰੋ ਅਰੇ ਭਾਈ ਫੋਟੋ ਵਾ ਲਿਆ ਫੋਟੋ ਕਿਉਂ ਖਿੱਚਦਾ ਹੈ ਜਦ ਫੋਟੋ ਖਿੱਚਦਾ ਹੈ ਤਾਂ ਫਿਰ ਕਹਿਤਾ ਫੋਟੋ ਖਿੱਚਣਾ ਸ਼ੌਕ ਹਮਾਰਾ ਹੈ ਆਖਿਰ ਸਰੀਆ ਮੀਚਤਾ ਹੂੰ ਕਿਉਂਕਿ ਅਭੀ ਤੱਕ ਆਉਂਦੀ ਜਾਂਦੀ ਤੂੰ ਆਉਂਦੇ ਮੇਰਾ ਵੀਰ ਮਾਨ ਬੈਠਾ ਘੈਂਟ ਭਰਾ ਸਾਡਾ ਜਿਹੜੇ ਡੱਡੂ ਮਾਜਰ ਵਾਲੇ ਉਸ ਉਹ ਘੈਂਟ ਭਰਾ ਦੇ ਮੌਲੀ ਵਾਲੇ ਸਾਰੇ ਵੀਰਾਂ ਦੇ ਤੁਹਾਡੇ ਸਾਰਿਆਂ ਲਈ ਕਹਿਣ ਲੱਗਾ ਇਹ ਮਾਨ ਦੀ ਫਰਮਾਇਸ਼ ਨੀ ਮੇਰੀ ਵੀ ਫਰਮਾਇਸ਼ ਆ ਮੈਂ ਉਦੋਂ ਕਾਲਜ ਖਾਲਸਾ ਕਾਲਜ ਪੜ੍ਹਦਾ ਹੁੰਦਾ ਸੀ ਬਾਈ ਜੀ ਤੋਂ ਗਾਣਾ ਰਿਲੀਜ਼ ਹੋਇਆ ਸੀਗਾ ਇਹ ਤੇਰੇ ਵਾਂਗੂ ਸਾਰਾ ਕਾਲਜ ਤਾਂ ਕਰੇ ਸਾਹ ਸੋਹਣੀ ਉਦਾਂ ਦਾ ਮਾਹੌਲ ਜਿਹਾ ਬਣ ਜਾਣਾ ਮੈਨੂੰ ਲੱਗਦਾ ਮੈਂ ਉਹੀ ਗਾਉਂਦਾ ਜੀ ਦਿਖਾਓ ਜਰਾ ਉਹ ਸ਼ੇਰ ਕੀਤਾ ਇਹਦਾ ਸ਼ੁਰੂ ਦੱਸੀ ਬੋਲਿਆ ਕੀਤਾ ਸ਼ੁਰੂ ਕੀਤਾ ਹੁੰਦਾ ਬੋਲ ਕੇ ਨਾ ਸੋਹਣੀ ਚੜ੍ਹਦੀ ਜਵਾਨੀ ਜੇ ਪਿਆਰ ਮੰਗੇ ਹੈ ਬਿਨਾ ਪਿਆਰ ਤੋਂ ਤੜਫਾਉਣ ਦਾ ਫਾਇਦਾ ਜੇ ਪਾਈ ਅੱਖ ਵਿੱਚ ਕੱਚਲੇ ਦੀ ਧਾਰ ਨਾ ਹੋਵੇ ਤਾਂ ਫਿਰ